ਜਦੋਂ ਤਫਤੀਸ਼ ਦੇ ਦੌਰਾਨ ਜਿਹੜਾ ਅੱਜ ਪਤਾ ਲੱਗਿਆ ਸੀ ਕਿ ਉਹ ਜਿਹੜੀ ਬੋਡੀ ਹੈ ਇੱਥੇ ਡਿਸਪੋਜ਼ ਆਫ ਕੀਤੀ ਗਈ ਦਰਿਆ ਦੇ ਵਿੱਚ ਸੁੱਟ ਗਈ। ਜੋ ਮੌਕੇ 'ਤੇ ਜਿਹੜੀ ਸਰਚ ਓਪਰੇਸ਼ਨ ਚਲਾਇਆ ਗਿਆ, ਤਹਿਸੀਲਦਾਰ ਸਾਹਿਬ ਆਏ ਨੇ ਆਪਣੇ ਲੋਹਰ ਲਾਲ ਜੀ ਕਨਵਾਨ, ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਸਰਚ ਦੌਰਾਨ ਜਿਹੜੀ ਇੱਥੋਂ ਡੈੱਡ ਬੋਡੀ ਜਿਹੜੀ ਆ ਮੁੰਡਾ ਸੁਖਦੀਪ ਸਿੰਘ ਦੀ ਲਾਸ਼ ਜਿਹੜੀ ਉਹਦੀ ਬਰਾਮਦ ਹੋਈ ਹੈ। ਇਹ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਇੱਥੋਂ ਲਾਸ਼ ਬਰਾਮਦ ਹੋਈ ਹੈ ਕਿ ਜਾਂ ਪੁਲਿਸ ਦੀ ਤੋਂ? ਨਿਸ਼ਾਨਦੇਹੀ ਸੁਰਜੀਤ ਸਿੰਘ ਨੇ ਆਪਣੇ ਖਟਾਣਾ ਤੋਂ ਉਹਨਾਂ ਨੇ ਕੰਪਲੇਨ ਕੀਤੀ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਅਗਵਾ ਹੋਣ ਦੀ ਸ਼ੰਕਾ ਵਾ, ਜਿਸ 'ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਜਿਹੜੀ ਆਰੰਭ ਕੀਤੀ ਗਈ। ਜੋ ਤਫਤੀਸ਼ ਦੇ ਦੌਰਾਨ ਜਿਹੜਾ ਅੱਜ ਪਤਾ ਲੱਗਿਆ ਸੀ ਕਿ ਉਹ ਜਿਹੜੀ ਬੋਡੀ ਹੈ ਇੱਥੇ ਡਿਸਪੋਜ਼ ਆਫ ਕੀਤੀ ਗਈ ਦਰਿਆ ਦੇ ਵਿੱਚ ਸੁੱਟ ਗਈ। ਜੋ ਮੌਕੇ 'ਤੇ ਜਿਹੜੀ ਸਰਚ ਓਪਰੇਸ਼ਨ ਚਲਾਇਆ ਗਿਆ, ਤਹਿਸੀਲਦਾਰ ਸਾਹਿਬ ਆਏ ਨੇ ਆਪਣੇ ਲੋਹਰ ਲਾਲ ਜੀ ਕਨਵਾਨ, ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਸਰਚ ਦੌਰਾਨ ਜਿਹੜੀ ਇੱਥੋਂ ਡੈੱਡ ਬੋਡੀ ਜਿਹੜੀ ਆ ਮੁੰਡਾ ਸੁਖਦੀਪ ਸਿੰਘ ਦੀ ਲਾਸ਼ ਹੈ ਜਿਹੜੀ ਉਹਦੀ ਬਰਾਮਦ ਹੋਈ ਹੈ। ਇਹ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਇੱਥੋਂ ਲਾਸ਼ ਬਰਾਮਦ ਹੋਈ ਹੈ ਕਿ ਜਾਂ ਪੁਲਿਸ ਦੀ ਤਫਤੀਸ਼? ਨਿਸ਼ਾਨਦੇਹੀ 'ਤੇ ਬਰਾਮਦ ਕੀਤੀ ਗਈ। ਇਹ ਕਿੰਨੇ ਬੰਦੇ ਨਾਮਜ਼ਦ ਹੋਏ ਆ ਜੀ ਇਸ ਮਾਮਲੇ? ਇਹਦੇ ਵਿੱਚ 22 ਨੇਮ ਹਜੇ ਤੱਕ ਤਾਂ 6 ਬੰਦੇ ਜਿਹੜੇ ਆ ਪਰਚਾ ਦਰਜ ਆ ਜੀ, ਅਤੇ ਤਫਤੀਸ਼ ਦੇ ਦੌਰਾਨ ਜੋ ਵੀ ਅੱਗੇ ਸਾਹਮਣੇ ਤੱਥ ਹੋਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਦੋਸ਼ੀਆਂ ਦੀ ਗ੍ਰਿਫਤਾਰੀ ਕਿੰਨੀ ਹੋਈ ਹੈ ਜਾਂ ਕਿੰਨੀ ਬਾਕੀ ਆ? ਦੋਸ਼ੀ ਗ੍ਰਿਫਤਾਰ ਹੋ ਚੁੱਕਾ ਵਾ, ਅੱਗੇ ਬਾਕੀ ਹੋਰ ਪ੍ਰੋਸੀਡਿੰਗ ਚੱਲ ਰਹੀ ਆ, ਜੋ ਜੋ ਅੱਗੇ ਅਪਡੇਟ ਕੀਤੇ ਜਾ ਰਹੇ ਨੇ ਅਤੇ ਜਲਦੀ ਜਲਦੀ ਬਾਕੀ ਸਾਰਿਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਜੀ ਬੇਟੇ ਨੇ ਮੇਰਾ ਸੁਖਦੇਵ ਸਿੰਘ ਲੈ ਗਏ ਨੇ, ਮੇਰਾ ਬੱਚਾ ਖਾ ਲਿਆ ਦੁਸ਼ਮਣਾਂ ਨੇ ਮੇਰਾ। ਕੀ ਕੋਈ ਇਹਨਾਂ ਨਾਲ ਕੀ ਮਸਲਾ ਸੀ, ਕੋਈ ਤੁਹਾਡੀ ਕੋਈ ਰੰਜਿਸ਼ ਬਾਜੀ ਸੀ? ਇਹਨਾਂ ਨਾਲ ਸਾਡਾ ਕੋਈ ਝਗੜਾ ਨਹੀਂ, ਇਹਨਾਂ ਨੇ ਉਦਾਂ ਹੀ ਪਾਰਟੀਆਂ ਬਣਾਈਆਂ ਹਨ। ਸਾਡਾ ਪੈੜੀ ਦਾ ਝਗੜਾ ਹੀ ਤਰੀਕੇ ਨਾਲ ਸਾਡਾ ਉਹਨਾਂ ਨਾਲ ਮੁੱਕ ਗਿਆ ਸੀ, ਇਹ ਉਹਨਾਂ ਦੀਆਂ ਮੰਗਾਂ ਖਾਂਦੇ ਹਨ। ਇਹਨਾਂ ਨੇ ਉਹੋ ਹੀ ਕਵਰ ਰੱਖੀ ਵੀ ਅਸੀਂ ਇਹਨੂੰ ਮਾਰਨਾ ਹੀ ਮਾਰਨਾ ਸੁੱਖੇ ਨੂੰ। 9 ਵਜੇ ਟਰਾਲੀ ਲੈ ਕੇ ਗਿਆ ਹੈ। ਕਿਹੜੀ ਤਰੀਕ ਦੀ ਗੱਲ? ਇਹ ਬੁੱਧਵਾਰ ਰਾਤ, ਬੁੱਧਵਾਰ ਅਸੀਂ ਰਾਤ ਲਾ ਲਿਆ, 9 ਵਜੇ ਹੀ ਲਾ ਲਿਆ ਆਲਮੇ ਵਾਲੇ ਰੰਪ ਤੋਂ। 15-16 ਬੰਦੇ ਹਨ। ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ? ਸਾਨੂੰ ਇਹਦੇ ਡੈਡੀ ਨੇ ਫੋਨ ਲਾਇਆ ਅਤੇ ਫੋਨ ਬੰਦ ਆ ਗਿਆ ਅਤੇ ਮੋਟਰਸਾਈਕਲ 'ਤੇ ਮਗਰ ਗਿਆ, ਅਤੇ ਇੱਥੋਂ ਇਹਨਾਂ ਟਰਾਲੀ ਆਲਮੇ ਵਾਲੇ ਰੰਪ ਤੋਂ ਗਾਂ ਮਕੇਰੀਆਂ ਲਾਗੇ ਜਿਹੜਾ ਬਿਜਲੀ ਮਹਿਕਮਾ ਆਉਂਦਾ ਉੱਥੇ ਟਰਾਲੀ ਲਾਈ ਸੀ ਇਹਨਾਂ ਨੇ। ਜਾ ਕੇ ਵੇਖ ਕੇ ਆਉਂਦਾ ਵੀ ਟਰਾਲੀ ਟਰੈਕਟਰ ਸੜਕ 'ਤੇ ਲੱਗਾ ਹੈ ਅਤੇ ਸੁੱਖਾ ਹੈ ਨਹੀਂ ਗਾ। ਫਿਰ ਸਾਨੂੰ ਪਤਾ ਲੱਗਾ, ਫਿਰ ਅਸੀਂ ਸਾਰਾ ਪਿੰਡ ਇਕੱਠੇ ਹੋ ਕੇ ਗਏ ਹਾਂ। ਅੱਜ 5 ਦਿਨ ਹੋ ਗਏ ਲੱਭਦੇ ਫਿਰਦੇ ਨੂੰ, ਸਾਨੂੰ ਨਹੀਂ ਲੱਭਾ। ਟਰਾਲੀ ਲੈ ਗਿਆ ਹੁਣੇ ਰਾਤ ਕੋਈ 8:30 ਦਾ ਟਾਈਮ ਸੀ। ਬਾਅਦ 'ਚ ਇਹਨਾਂ ਨੇ ਰਾਹ ਮਗਰ ਗੱਡੀ ਲਾ ਕੇ 3 ਮੋਟਰਸਾਈਕਲ ਸੀ, ਇਹਨਾਂ ਨੇ ਰੋਕ ਕੇ ਉਹਨੂੰ ਕੁੱਟਮਾਰ ਕੀਤੀ, ਉਹਨੂੰ ਗੈਪ ਕਰ ਲਿਆ। ਮੁੜ ਕੇ ਸਾਨੂੰ ਅੱਜ ਦੇ ਦਿਨਾਂ ਤੱਕ ਕੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉਹਨਾਂ ਕੋਲ ਗੱਡੀ ਜਾਂ ਮੋਟਰਸਾਈਕਲ ਸੀ? ਤੁਹਾਨੂੰ ਇਹਦੇ ਬਾਰੇ ਕਿੱਦਾਂ ਪਤਾ ਲੱਗਿਆ? ਸਾਨੂੰ ਇਹਦੇ ਬਾਰੇ ਇੱਕ ਉੱਥੋਂ ਦਾ ਪ੍ਰਧਾਨ ਕਰਮਜੀਤ ਦੋਧੀ, ਉਹਦੀ ਇੱਧਰੋਂ ਗੱਡੀ ਜਾਣ ਡੀ ਸੀ ਨੂਨਾ ਦਾ, ਵੀ ਇੱਧਰੋਂ ਗੱਡੀ ਜਾਣ ਡੀ ਸੀ, ਉਹਨੇ ਗੱਡੀ ਘਲਾਰੀ, ਉਹਨੂੰ ਤਾਂ ਛੱਡ ਪਿਆ ਮੇਰੇ ਨਾਲ ਗੱਲ ਪੈਣ। ਉਹਦੇ ਹੁੰਦਿਆਂ ਕੁੱਟਮਾਰ ਹੋਣ ਡੀ ਸੀ, ਉਹਦੇ ਹੁੰਦਿਆਂ ਗੱਡੀ 'ਚ ਸੁੱਟ ਕੇ ਨਾਲ ਮੋਟਰਸਾਈਕਲ ਹਨ, ਉਹਨੂੰ ਸੁੱਟ ਕੇ ਗੱਡੀ 'ਚ ਅਤੇ ਇੱਧਰ ਨੂੰ ਲੈ ਗਿਆ ਪੋਲ ਵੱਲ ਨੂੰ। ਅਤੇ ਮੈਂ ਮੁੜ ਕੇ 10 ਵਜੇ ਉਹਨੂੰ ਫੋਨ ਕੀਤਾ, ਉਹਦਾ ਫੋਨ ਜਦੋਂ ਬੰਦ ਆਇਆ, ਮੈਂ ਰਾਤ ਮੋਟਰਸਾਈਕਲ ਆਪਣਾ ਫੜਿਆ, ਮੈਂ ਗਿਆ ਰਹੀ ਉਹ ਬਸਰਾਣਾ ਪਿੰਡ ਜਿੱਥੇ ਬਿਜਲੀ ਘਰ, ਉੱਥੇ ਟਰੈਫਿਕ ਟਰਾਲੀ ਲੱਗਿਆ। ਫਿਰ ਮੈਂ ਪਿੰਡ ਫੋਨ ਕੀਤਾ, ਫਿਰ ਬੰਦੇ ਮਗਰ ਗਿਆ, ਫਿਰ ਸਾਨੂੰ ਕੋਈ ਸਮਝ ਨਹੀਂ ਲੱਗਿਆ। ਇੱਥੇ ਹੁਣ ਉਹਦੀ ਨਾ ਤੁਹਾਡੇ ਬੱਚੇ ਦੀ ਸੁਖਦੇਵ ਦੀ ਲਾਸ਼ ਲੱਭੀ ਜਾ ਰਹੀ ਹੈ, ਇੱਥੇ ਤੁਹਾਨੂੰ ਕਿੱਦਾਂ ਪਤਾ ਲੱਗਾ? ਫਿਰ ਉਹ ਕਿੱਦਾਂ ਕਾਬੂ ਆਏ ਪੁਲਿਸ ਦੇ ਬੰਦੇ? ਇਹ ਪੁਲਿਸ ਨੇ ਚੱਕੇ ਨੇ, ਸਾਡੇ 'ਤੇ ਨਹੀਂ ਕਾਬੂ ਕਰਿਆ, ਸਾਨੂੰ ਕੁਛ ਨਹੀਂ ਉਹਨਾਂ ਦੱਸਿਆ। ਕਿੰਨੇ ਕੁ ਬੰਦੇ ਸੀ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ? ਬੰਦੇ ਉਹ ਮੌਕੇ ਜਦੋਂ ਕੁੱਟ ਦੇਣ, ਉਹ ਬੰਦੇ 15 ਹਨ। 15-20 ਬੰਦੇ ਇਹ ਗੱਲ ਅਸੀਂ ਕਿਹੜੀ ਗਿਣਤੀ ਕੀਤੀ? ਇੱਕ ਗੱਡੀ ਸੀ ਅਤੇ 3 ਮੋਟਰਸਾਈਕਲ। ਠੀਕ ਹੈ। ਅਤੇ ਤੁਹਾਡੇ ਮਾਮਲੇ ਦਾ ਕੀ ਬਣਿਆ? ਪਰਚਾ ਦਰਜ ਹੋਇਆ ਕਿੰਨਿਆਂ ਬੰਦਿਆਂ 'ਤੇ ਹੋਇਆ? ਅਜੇ ਤੱਕ ਅਸੀਂ ਕੋਈ ਪਰਚਾ ਨਹੀਂ ਦਰਜ ਕਰਾਇਆ, ਜਿੰਨਾ ਚਿਰ ਸਾਨੂੰ ਲਾਸ਼ ਨਹੀਂ ਮਿਲਦੀ। ਜਿਹੜੇ ਬੰਦੇ 1-2 ਫੜੇ ਨੇ, ਆਪ ਹੀ ਇਹ ਬੰਦੇ ਦੱਸਾਂਗੇ ਅਤੇ ਆਪ ਹੀ ਪਰਚਾ ਦਰਜ ਹੋ ਰਿਹਾ। ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਫਸਾਉਣਾ ਚਾਹੁੰਦੇ, ਅਸੀਂ ਕਹਿੰਦੇ ਜਾਇਜ਼ ਹੋਈ ਸੀ ਬੰਦੇ ਨੂੰ। ਮਨੋਹਰ ਲਾਲ ਨਾਇਬ ਸਿੰਘਦਾਰ ਕਾਨੂੰਵਾਲ, SHO ਸਾਹਿਬ ਨੇ ਮੈਨੂੰ ਫੋਨ 'ਤੇ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਇੱਕ ਕਤਲ ਹੋਇਆ ਜਿਹਦੀ ਕਿ ਲਾਸ਼ ਦਰਿਆ ਦੇ ਵਿੱਚ ਛੁੱਟੀ ਹੋਈ ਹੈ ਅਤੇ ਉਹ ਤੁਹਾਡੀ ਹਾਜ਼ਰੀ ਦੇ ਵਿੱਚ ਕੱਢਣੀ ਹੈ, ਇਸ ਕਰਕੇ ਮੈਂ ਇੱਥੇ ਹਾਜ਼ਰ ਹਾਂ। ਮੇਰੀ ਹਾਜ਼ਰੀ ਦੇ ਵਿੱਚ ਲਾਸ਼ ਕੱਢੀ ਦਰਿਆ 'ਚੋਂ।
ਇਹਦੇ ਸੰਬੰਧੀ ਤੁਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਕੋਈ ਸੂਚਨਾ ਦਿੱਤੀ ਹੈ ਜਾਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਕੋਈ ਤਾਲਮੇਲ ਹੋਇਆ ਤੁਹਾਡਾ? ਪੁਲਿਸ ਪ੍ਰਸ਼ਾਸਨ SHO ਸਾਹਿਬ ਦਾ ਫੋਨ ਆਇਆ, ਮੈਂ ਆਲਰੇਡੀ ਡਿਊਟੀ 'ਤੇ ਸੀਗਾ ਜੀ ਮੌਜਪੁਰ ਜੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਮੈਨੂੰ ਉੱਥੇ। ਅਤੇ ਇਹ ਤੁਸੀਂ ਕਿਹੜੇ ਥਾਣੇ ਦੀ ਪੁਲਿਸ ਦੀ ਇਤਲਾਹ 'ਤੇ ਆਏ ਹੋ? SHO ਪੈਣੀ। ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਯੋਧੀ ਸਮਰਾਟ ਪੰਡਿਤ ਤੁਲਸੀਦਾਸ ਜੀ, ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ, ਸੋਧਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਇਮੀਗ੍ਰੇਸ਼ਨ ਮਸਲੇ, ਕਰਜ਼ਾ ਮੁਕਤੀ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾਂ ਪ੍ਰੇਮੀ ਪ੍ਰੇਮਿਕਾ ਪਾਓ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98147 56620।